ਅੱਜ ਪੰਜਾਬ ਭਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਹੋਈਆਂ। ਗੱਲ ਕਰਦੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੀ, ਜਿੱਥੇ 9,41,624 ਵੋਟਰਾਂ ਵੱਲੋਂ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਮਤਦਾਨ ਕੀਤਾ ਗਿਆ। ਜਾਣਕਾਰੀ ਮੁਤਾਬਕ ਅਕਾਲੀ ਦਲ ਵੱਲੋਂ ਗੁਰਦਾਸਪੁਰ, ਫਤਿਹਗੜ੍ਹ ਚੂੜੀਆਂ ਅਤੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਦੇ ਹਲਕਿਆਂ ਵਿੱਚ ਇਹਨਾਂ ਚੋਣਾਂ ਦਾ ਬਾਈਕਾਟ ਕਰ ਦਿੱਤਾ ਗਿਆ ਸੀ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਿਆੜ ਨੇ ਕਾਂਗਰਸ ਉੱਤੇ ਇਲਜ਼ਾਮ ਲਗਾਇਆ ਕਿ ਕਾਂਗਰਸ ਪਾਰਟੀ ਗਲਤ ਪੋਲਿੰਗ ਬੂਥ ਬਣਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਅਤੇ ਉਹਨਾਂ ਕਿਹਾ ਹੈ ਕਿ ਜਿੱਥੇ ਪੋਲਿੰਗ ਬੂਥ ਬਣਾਇਆ ਹੋਇਆ ਹੈ ਉਸ ਪਿੰਡ ਦੇ ਲੋਕਾਂ ਨੂੰ ਮਤਦਾਨ ਕਰਨ ਲਈ ਦੂਰ ਜਾਣਾ ਪੈ ਰਿਹਾ ਹੈ। ਭੈਣੀ ਮੀਆਂ ਖਾਂ 'ਚ ਅਮਨ ਮਾਨ ਨਾਲ ਵੋਟਾਂ ਪੈਣ ਦੀਆਂ, ਲੋਕਾਂ ਨੂੰ ਮਾੜੀ ਜਿਹੀ ਮੁਸ਼ਕਿਲ ਇਹ ਆਉਣ ਦੀ ਆ ਵੀ ਜਿੰਨੀਆਂ ਵਾਰਡ ਬੰਦੀਆਂ ਹੋਈਆਂ ਨੇ ਉਹਦੇ ਵਿੱਚ ਕੁਛ ਵੋਟਰਾਂ ਦੇ ਮਤਲਬ ਕਿ ਕੋਈ 4 ਚਲ ਗਏ ਵੋਟਰ, ਕੋਈ 3 ਚਲ ਗਏ ਆ, ਕੋਈ 2 ਚਲ ਗਏ ਆ, ਉਹਦੇ ਕਰਕੇ ਵੋਟਾਂ ਨੂੰ ਮੁਸ਼ਕਿਲ ਹੋਣ ਦੀ ਆ। ਇਸੇ ਭੈਣੀ ਮੀਆਂ ਖਾਂ ਦੇ ਵਿੱਚ ਵੀ ਹੋਰ ਵੀ ਕਈ ਬੂਥਾਂ 'ਤੇ ਮੈਂ ਗਿਆ ਸਵੇਰ ਦਾ, ਹਰ ਬੂਥ 'ਤੇ ਇਹੋ ਹੀ ਮੁਸ਼ਕਿਲ ਆਉਣ ਦੀ ਆ ਵੀ ਵੋਟਰ ਨੂੰ ਆਪਣੀ ਵੋਟ ਨਹੀਂ ਪਤਾ ਲੱਗ ਰਿਹਾ ਵੀ ਕਿੱਥੇ ਆ। ਦੂਜਾ ਮੇਰੀ ਸਾਡੇ 2 ਪੰਚਾਇਤਾਂ ਨੇ, ਇੱਕ ਚੜ੍ਹਦੀ ਪੱਤੀ ਭੈਣੀ ਮੀਆਂ ਖਾਂ ਅਤੇ ਇੱਕ ਭੈਣੀ ਮੀਆਂ ਖਾਂ, ਅਤੇ ਜਿਹੜੀ ਚੜ੍ਹਦੀ ਪੱਤੀ 'ਤੇ ਵੋਟਾਂ ਨੇ ਉਹ ਜਿਹੜਾ ਬੂਥ ਆ ਉਹ ਮੇੜੇ ਪਿੰਡ ਚਲਾ ਗਿਆ, ਉਹਦੇ ਕਰਕੇ ਵੀ ਸਾਡੇ ਜਿਹੜੇ ਵੋਟਰਾਂ ਨੂੰ ਆਵਾਜਾਈ ਹੋਣ ਦੀ ਬਹੁਤ ਪਰੇਸ਼ਾਨ ਹੋ ਰਹੀ ਹੈ। ਉਹਦਾ ਕਾਰਨ ਇਹ ਵੀ ਆਵਾਜਾਈ ਦੇ ਸਾਧਨ ਘੱਟ ਹੋਣ ਕਰਕੇ ਮੇੜੇ ਵੀ ਜਾਣਾ ਪੈਣ ਵੋਟਰ ਨੂੰ ਅਤੇ ਇੱਥੇ ਵੀ ਜਾਣਾ ਪੈਣ ਡਿਆ। ਵੋਟਰਾਂ ਨੂੰ ਮੈਂ ਇਹ ਅਪੀਲ ਕਰਨਾ ਚਾਹੁੰਦਾ ਵੀ ਜਿਹੜਾ ਕੋਈ ਸਾਫ਼ ਸੁਥਰਾ ਕੈਂਡੀਡੇਟ ਵਾ, ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਵੇ, ਉਹਨੂੰ ਪਾਰਟੀ ਵਾਈਜ਼ ਉੱਪਰ ਉੱਠ ਕੇ ਵੋਟ ਕਰਨੀ ਚਾਹੀਦੀ ਆ।